ਪੰਜਾਬ ਦੇ ਵਿੱਚ ਕੱਚੇ ਅਧਿਆਪਕਾਂ ਦਾ ਬੁਰਾ ਹਾਲ ਹੈ ਜੋ ਸੜਕਾਂ ਤੇ ਧਰਨਾ ਲਾ ਅਤੇ ਪਾਣੀ ਦੀਆਂ ਟੈਂਕੀਆਂ ਤੇ ਚੜ ਕੇ ਬੈਠੇ ਨੇ ਪਰ ਮੁੱਖ ਮੰਤਰੀ ਚਰਨਜੀਤ ਚੰਨੀ ਜਿਨ੍ਹਾਂ ਦੇ ਹੱਥ ਇਸ ਵੇਲੇ ਪੂਰੇ ਪੰਜਾਬ ਦੀ ਵਾਗਡੋਰ ਹੈ ਤੇ ਜੇ ਉਹ ਚਾਹੁਣ ਤਾਂ ਆਪਣੇ 100% ਅਧਿਕਾਰ ਦਾ ਸਹੀ ਇਸਤੇਮਾਲ ਕਰ ਸਿਰਫ ਆਪਣੇ ਇੱਕ ਦਸਤਖਤ ਦੇ ਨਾਲ ਇਹਨਾਂ ਕੱਚੇ ਅਧਿਆਪਕਾਂ ਨੂੰ ਸੜਕਾਂ ਤੇ ਰੁਲਣ ਤੋਂ ਰੋਕ ਸਕਦੇ ਨੇ ਪਰ ਚੰਨੀ ਸਾਹਿਬ ਨੂੰ ਇਹਨਾਂ ਕੱਚੇ ਅਧਿਆਪਕਾਂ ਦੀ ਕੋਈ ਫਿਕਰ ਨਹੀਂ ਹੈ ਫਿਕਰ ਤਾਂ ਮਹਿਜ ਆਪਣੇ ਹਵਾਈ ਟੱਲਿਆਂ ਦੀ ਤੇ ਆਪਣੇ ਹੋਰਡਿੰਗਸ ਦੀ ਕਿ ਕਿਸ ਤਰ੍ਹਾਂ ਪੰਜਾਬ ਵਾਸੀਆਂ ਨੂੰ ਬੇਵਕੂਫ ਬਣਾਇਆ ਜਾ ਸਕੇ ਅਧਿਆਪਕਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਪਰ ਉੱਥੇ ਦੂਜੇ ਪਾਸੇ ਕੇਜਰੀਵਾਲ ਹੈ ਜੋ ਆਪਣੇ ਗੈਸਟ ਅਧਿਆਪਕਾਂ ਨੂੰ ਪੱਕਾ ਕਰਨ ਦੇ ਲਈ ਮੋਦੀ ਦੇ ਨਾਲ ਦੋ ਹੱਥ ਕਰ ਰਿਹਾ ਮੋਦੀ ਹਮੇਸ਼ਾ ਹੀ ਕੇਜਰੀਵਾਲ ਦੇ ਕੰਮਾਂ ਦੇ ਵਿੱਚ ਰੋੜਾ ਅਟਕਾਉਂਦਾ ਹੈ ਤੇ ਇਹ ਗੱਲ ਜੱਗ ਜ਼ਾਹਿਰ ਹੈ ਤੇ ਇਸੇ ਦਾ ਨਤੀਜਾ ਹੈ ਕਿ ਅੱਜ ਤੱਕ ਦਿੱਲੀ ਦੇ ਐਲਜੀ ਨੇ ਕੇਜਰੀਵਾਲ ਦੇ ਵੱਲੋਂ ਕਈ ਸਮਾਂ ਪਹਿਲਾਂ ਗੈਸਟ ਅਧਿਆਪਕਾਂ ਨੂੰ ਪੱਕਾ ਕਰਨ ਦੇ ਵਾਲੀ ਫਾਈਲ ਦੇ ਉੱਪਰ ਧਿਆਨ ਨਹੀਂ ਦਿੱਤਾ ਤੇ ਅੱਜ ਵੀ ਇਹ ਫਾਈਲ ਅੱਧ ਵਿਚਕਾਰ ਲਟਕ ਰਹੀ ਹੈ ਪਰ ਕੇਜਰੀਵਾਲ ਆਪਣੇ ਇਹਨਾਂ ਗੈਸਟ ਅਧਿਆਪਕਾਂ ਦੀਆਂ ਮੁਸ਼ਕਲਾਂ ਤੋਂ ਪੱਲੀ ਪਾਂਤ ਜਾਣੂ ਹੈ ਤੇ ਇਸੇ ਲਈ ਜੋ ਸੰਭਵ ਹੋ ਸਕਦਾ ਹੈ ਕੇਜਰੀਵਾਲ ਨੇ ਇਹਨਾਂ ਗੈਸਟ ਅਧਿਆਪਕਾਂ ਦੇ ਲਈ ਕੀਤਾ ਹੈ ਗੈਸਟ ਟੀਚਰਸ ਕੇ ਲਈ ਬਹੁਤ ਬੜੀ ਖੁਸ਼ਖਬਰੀ ਹੈ ਗੈਸਟ ਟੀਚਰਸ ਕੀ ਤਨਖਾਹ ਮੇਂ ਬਹੁਤ ਬੜੀ ਵ੍ਰਿਧੀ ਕੀ ਜਾ ਰਹੀ ਹੈ ਤੇ ਅੱਜ ਇਹ ਗੈਸਟ ਅਧਿਆਪਕ ਡਬਲ ਤਨਖਾਹ ਤੇ ਕੰਮ ਕਰ ਰਹੇ ਨੇ ਪਰ ਪੰਜਾਬ ਦੇ ਵਿੱਚ ਕੱਚੇ ਅਧਿਆਪਕ ਵਿਚਾਰੇ ਰੱਬ